अस्सलाम वालेकुम। की ना की अपना वीर? गुलाम हैदर। अच्छा गुलाम हैदर भाई, केड़ी जगह तो तशरीफ लेके आए जे? है दुआना जिला चनयोट। ते ए जनाब घोड़े दा कोई ना कोई इसमें ग्रामी दा की है? साकी। साकी लो जनाब, ये घोड़े दा ना जे साकी, ते बुआने तो आया। ठीक है लो जी, साकी है ते बुआने तो आया जी। ते इन्दे मालक दा जनाब नाम की है? अमानुल्ला सियाल। लो जी अमानुल्ला सियाल साहब दा जनाब घोड़ा जे हाथ पैर माशाल्लाह तुहानू विखाने जे। ऐ वेखो माशाल्लाह बहुत खूबसूरत घोड़ा जनाब, ते चनयोट तो जनाब आया ते हाजी चक दे विच जनाब खेडण वास्ते आया जनाब। ते रंग दा जनाब सावा है जी बाबा जी, सावा जी। लो जी माशाल्लाह तुसी वेखो घोड़ा खूबसूरत कान शान है। ते लो जनाब साडे चैनल नूं सबसक्राइब करो जी, तुहाडे सपोर्ट दी मेरे चैनल नूं बहुत जरूरत है जनाब। सपोर्ट करो, वीडियो नूं लाइक करो, शेयर करो। ये भवाने तो जनाब घोड़ा आया जे हाजी चक दे विच। लो जनाब अगले घोड़े बनने चलने जी, बहुत मेहरबानी वीर जी। लो जी अगले घोड़े बनने जाने जी। घोड़ा माशाल्लाह तुसी वेखो नुकरा जे, ते माशाल्लाह चंगा कद देगा जे नुकरे दा। पैर शेर तुसी वेखो और अगे वद के हुण तुहानू घोड़ा विखाने। वीर जी की नाम है घोड़े दा? केड़ी जगह तो आया? शाहपुर। शाहपुर लाहौर? फतेहपुर दे कोले शाहपुर। ते मालक दा नाम की है जनाब? नसर। लो जी शाहपुरों आए जी फतेहपुर दे कोले जनाब शाहपुर जे। ते नसर जे मालक दा नाम जी। माशाल्लाह तुहानू खूबसूरत घोड़े जनाब बुखार हैं। ते ए आई आया जे हाजी चक खेडण वास्ते। माशाल्लाह बहुत खूबसूरत चीज़ां ने जी, और अपने अपने इलाके दी पहचान और मालकां दी शान। लो जी इन्दे नाल ही दूसरा ਇਹ ਘੋੜਾ ਆਇਆ। ਅੱਛਾ ਇਹ ਕਿਹੜੀ ਜਗ੍ਹਾ ਤੋਂ ਆਇਆ? ਇਹ ਵੀ ਉੱਥੋਂ ਹੀ? ਇਹ ਵੀ ਸ਼ਾਹਪੁਰੋਂ। ਇਹ ਵੀ ਨਸਰ ਦਾ? ਰਹਿਮਾਨ ਦਾ। ਲਓ ਜੀ ਪਰਲਾ ਜਿਹੜਾ ਹੈਗਾ ਜੇ ਨਸਰ ਦਾ ਜੇ, ਅਤੇ ਉਰਲਾ ਰਹਿਮਾਨ ਦਾ। ਕਿਉਂ ਬਈ ਜੀ? ਆ ਤੇਰਾ ਨਾਂ ਕੀ ਹੈ ਜੀ? ਆ ਕਾਲੂਰ। ਕਾਲੂਰ ਤਾਲੂਤ ਤੂਤਾ ਦਰ ਦਰ ਤਾਲੂਤ ਜਿਆ ਤਾਲੂਤ। ਲਓ ਜਨਾਬ ਮਿਹਰਬਾਨੀ ਜੀ। ਲਓ ਜਨਾਬ ਅੱਗੇ ਇੱਕ ਹੋਰ ਇਹ ਘੋੜੇ ਘੋੜਾ ਡਰਾਉਂਦਾ ਫਿਰਦਾ ਜੇ, ਇਹਦੇ ਕੋਲ ਪੁੱਛਣੇ ਆ ਕੀ ਨਾਂ ਮੁੰਡਿਆ ਤੇਰਾ? ਆ ਮੁੰਡਿਆ ਹੈ ਜ਼ੈਦਬਾਦ। ਜ਼ੈਦਬਾਦ ਇਹ ਘੋੜਾ ਕਿੱਥੋਂ ਕਿੱਥੋਂ ਆਇਆ ਹੈ? ਹੈਂ ਕਿਹੜੀ ਜਗ੍ਹਾ ਤੂੰ? ਲੈ ਮੈਨੂੰ ਸੁਣੀ ਸੁਣੀ ਜਾ ਹੀ ਨਹੀਂ, ਉੱਚੀ ਤਾਂ ਬੋਲ। ਹੈਂ ਦੇਵਨਾ ਮੰਡੀ?
ਲਓ ਜੀ ਦੇਵਨਾ ਮੰਡੀ ਚੋਂ ਤੇ ਮਾਲਕ ਦਾ ਨਾਂ ਕੀ ਹੈ ਮੁਹੰਮਦ ਅਸ਼ਰਫ ਮੁਹੰਮਦ ਅਸ਼ਰਫ ਲਓ ਜੀ ਮੁਹੰਮਦ ਅਸ਼ਰਫ ਪਿਛਾਂ ਪੀ ਲਓ ਜਨਾਬ ਅਸੀਂ ਹੈਗੇ ਜੀ ਹਾਜੀ ਚੱਕ ਅਤੇ ਹਾਜੀ ਚੱਕ ਦੇ ਵਿੱਚ ਬਹੁਤ ਸਾਰੇ ਜਾਨਵਰ ਮੁਖਤਲਿਫ ਇਲਾਕਿਆਂ ਦੇ ਵਿੱਚੋਂ ਜਨਾਬ ਲਾਹੌਰ ਦੇ ਵਿੱਚੋਂ ਆਏ ਹੋਏ ਨੇ ਜਿਹੜੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਜਨਾਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਅਤੇ ਵੀਡੀਓ ਨੂੰ ਪੂਰਾ ਦੇਖਿਆ ਜੇ ਅਤੇ ਜਨਾਬ ਤੁਸੀਂ ਇਹ ਵੀਰ ਜੀ ਦੱਸਿਆ ਜੇ ਕਿਹੜੀ ਜਗ੍ਹਾ ਤੋਂ ਆਇਆ ਹੋਇਆ ਘੋੜਾ ਹੈਂ ਰਣਧੀਰ ਸ਼ਰੀਫ ਤੋਂ ਅਤੇ ਇਹ ਜਨਾਬ ਮਾਲਕ ਦਾ ਕੀ ਨਾਮ ਹੈ ਮੀਆਂ ਗਿਆਸ ਆਹ ਮੁੰਡਾ ਝੂਠ ਮਾਰੀ ਜਾਂਦਾ ਅੱਛਾ ਲਓ ਜੀ ਮੀਆਂ ਗਿਆਸ ਗੁੱਜਰ ਸਾਹਿਬ ਕੋਲ ਲੈ ਕੇ ਆਉਣਾ ਜੀ ਅਤੇ ਘੋੜੇ ਦਾ ਨਾਂ ਕੀ ਹੈ ਜੀ ਹੈ ਦਰਿੰਦਾ ਲਓ ਜੀ ਇਹ ਜੀ ਦਰਿੰਦਾ ਘੋੜੇ ਦਾ ਨਾਮ ਅਤੇ ਨਸਲ ਕਿਹੜੀ ਹੈ ਜਨਾਬ ਇਹ ਦੇਸੀ ਸਿਰਫ ਡਾਂਸ ਕਰਦਾ ਠੀਕ ਹੈ ਨੇਦਾਬਾਜ਼ੀ ਵੀ ਕਰਦਾ ਨੇਦਾਬਾਜ਼ੀ ਵੀ ਕਰਦਾ ਜਨਾਬ ਲਓ ਜਨਾਬ ਅੱਗੇ ਵਧੀਏ ਅਤੇ ਮਾਸ਼ਾਅੱਲਾ ਤੁਹਾਨੂੰ ਹੋਰ ਤੁਹਾਨੂੰ ਦਿਖਾਉਣਾ ਇੱਥੇ ਜਾਨਵਰ ਵੇਖੋ ਆਏ ਹੋਏ ਜੇ ਅਸਲਾਮ ਵਾਲੇਕੁਮ ਵੀਰ ਜੀ ਕੀ ਹਾਲ ਕੀ ਨਾਂ ਘੋੜੇ ਦਾ ਹੈ ਮਲੰਗ ਮਲੰਗ ਅਤੇ ਕਿਹੜੀ ਜਗ੍ਹਾ ਤੋਂ ਆਏ ਜੇ ਪੁਆਣੇ ਦੇ ਨਾਲ ਠੀਕ ਹੈ ਅਤੇ ਕਿਹੜਾ ਮਾਲਕ ਮਾਲਕ ਦਾ ਨਾਂ ਕੀ ਜੀ ਇਹਦਾ ਮੁਮਤਾਜ਼ ਅਤੇ ਡਾਂਸ ਕਰਦਾ ਕਿੰਨੇ ਦਾ ਵਾਦੀ ਕਰਦਾ ਡਾਂਸ ਕਰਦਾ ਬਣਾਈ ਕਰਦਾ ਲਓ ਜੀ ਦੋ ਮਾਸ਼ਾਅੱਲਾ ਹੈ ਘੋੜੇ ਖਲੋਤੇ ਜੇ ਉਹ ਪਰਲੇ ਦਾ ਨਾਂ ਕੀ ਘੋੜੇ ਦਾ ਹੈ ਵੀਰ ਉਹ ਪਰਲੇ ਘੋੜੇ ਦਾ ਨਾਂ ਕੀ ਹੈ ਅੱਛਾ ਲਓ ਜੀ ਇਹ ਘੋੜੇ ਮਾਸ਼ਾਅੱਲਾ ਆਏ ਹੋਏ ਨੇ ਅੱਜ ਚੱਕ ਦੇ ਵਿੱਚ ਜਨਾਬ ਅਤੇ ਮੁੰਡੇ ਕੋਲੋਂ ਮੈਂ ਪੁੱਛਿਆ ਜੀ ਉਹ ਕਹਿੰਦੇ ਸਾਨੂੰ ਇਹਦੇ ਬਾਰੇ 'ਚ ਨਹੀਂ ਪਤਾ ਲਓ ਜੀ ਇਹ ਘੋੜੇ ਉਹ ਨੇ ਜਿਹੜੇ ਇਸ ਡਾਂਸ ਦੇ ਵਿੱਚ ਜਨਾਬ ਹਿੱਸਾ ਲੈਣ ਵਾਸਤੇ ਆਏ ਨੇ ਅਤੇ ਅਸੀਂ ਤੁਹਾਨੂੰ ਉਹਨਾਂ ਦਾ ਤਾਰਫ ਜਿਹੜਾ ਉਹ ਜਨਾਬ ਕਰਵਾ ਰਹੇ ਹਾਂ ਔਰ ਜਾਨਵਰ ਅਸੀਂ ਤੁਹਾਨੂੰ ਇਨਸ਼ਾਅੱਲਾ ਦਿਖਾ ਰਹੇ ਹਾਂ ਜੀ ਅਤੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟਸ ਦੇ ਵਿੱਚ ਦੱਸੋ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਹੈ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਨਾਲ ਹੀ ਇੱਕ ਇਹ ਜਾਨਵਰ ਖੜੇ ਜੀ ਵੀਰ ਜੀ ਕਹਿੰਦਾ ਕੀ ਨਾਂ ਹੈ ਘੋੜੇ ਦਾ ਸ਼ਾਹ ਪਾਕ ਅੱਛਾ ਲਓ ਜੀ ਇਹ ਘੋੜੇ ਦਾ ਨਾਂ ਜੇ ਸ਼ਾਹ ਪਾਕ ਅਤੇ ਇਹ ਨੁਕਰਾ ਜਿਹੜਾ ਆ ਸਾਵਾ ਅੱਛਾ ਆਪੇ ਵਾਲਾ ਅੱਛਾ ਇਹ ਕਿਹੜੀ ਜਗ੍ਹਾ ਤੋਂ ਹੈ ਸ਼ਾਹ ਪਾਕ ਖਾਣਾ ਪੁਆਣਾ ਅਤੇ ਮਾਲਕ ਕਿਹੜਾ ਇਹਦਾ ਚੌਧਰੀ ਹਰੂਨ ਲਓ ਜੀ ਚੌਧਰੀ ਹਰੂਨ ਸਾਹਿਬ ਦਾ ਘੋੜਾ ਜੀ ਅਤੇ ਇਹਦਾ ਜਨਾਬ ਸ਼ਾਹ ਪਾਕ ਸ਼ਾਹ ਪਾਕ ਜਨਾਬ ਘੋੜਾ ਜੇ ਔਰ ਇਹ ਨਾਲ ਵੇਖੋ ਨਾਲ ਘੋੜਾ ਖਲੋਤਾ ਇੱਕ ਸਾਵਾ ਅਤੇ ਉਹਦੇ ਨਾਲ ਹੀ ਜਨਾਬ
ਇਹ ਘੋੜਾ ਖਲੋਤਾ ਜੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਜਨਾਬ ਅਤੇ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਇਹ ਘੋੜਾ ਵੀ ਡਾਂਸ ਕਰਕੇ ਆਇਆ ਕੀ ਨਾਂ ਇਹਦਾ ਘੋੜੇ ਦਾ ਤੇਰਾ ਨਾਂ ਕੀ ਹੈ ਜਮੀਲ ਜ਼ਮੀਰ ਹਾਂ ਇਹਦਾ ਨਾਂ ਮਾਲਕ ਦਾ ਨਾਂ ਕੀ ਅਰਫਾਨ ਅਤੇ ਕਿਹੜੀ ਜਗ੍ਹਾ ਤੋਂ ਆਇਆ ਹੈ ਨਗੀਨਾ ਜੀ ਅੱਛਾ ਜੀ ਅਤੇ ਕਿਹੜੀ ਜਗ੍ਹਾ ਤੋਂ ਆਇਆ ਵੀਰ ਜੀ ਜ਼ਿਲ੍ਹਾ ਚਨਿਓਟ ਲਓ ਜੀ ਨਗੀਨਾ ਲਓ ਜੀ ਨਗੀਨਾ ਘੋੜਾ ਜੇ ਅਤੇ ਬੁਆਣੇ ਤੋਂ ਆਇਆ ਜੰਗ ਤੋਂ ਲਓ ਜੀ ਉਹਦੇ ਨਾਲ ਇੱਕ ਹੋਰ ਘੋੜਾ ਜੀ ਇਹ ਵੇਖੋ ਮਾਸ਼ਾਅੱਲਾ ਇਹ ਤੁਹਾਨੂੰ ਦਿਖਾਉਣੇ ਜੀ ਘੋੜਾ ਇਹ ਘੋੜਾ ਤੁਸੀਂ ਮਾਸ਼ਾਅੱਲਾ ਪਹਿਲਾਂ ਵੇਖ ਲਵੋ ਠੀਕ ਹੈ ਜੀ ਅਤੇ ਲਓ ਜੀ ਇਹ ਘੋੜੇ ਅੱਜ ਹੀ ਚੱਕ ਦੇ ਵਿੱਚ ਜਨਾਬ ਆਏ ਨੇ ਜਿਹੜੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਅੱਛਾ ਜੀ ਲਓ ਜੀ ਮਾਸ਼ਾਅੱਲਾ ਕੀ ਨਾਂ ਕੀ ਵੀਰ ਜੀ ਘੋੜੇ ਦਾ ਲਾਡਲਾ ਇਹ ਮੁਲਤਾਨ ਤੋਂ ਹੈ ਅਸੀਂ ਥੋੜ੍ਹਾ ਜਿਹਾ ਉਹ ਉੱਥੇ ਕਰੇਗਾ ਅਸੀਂ ਵਿਖਾ ਦੇ ਅਸੀਂ ਘੋੜਾ ਪੂਰਾ ਵਿਖਾ ਨਾ ਸੋਹਣਾ ਘੋੜਾ ਯਾਰ ਵਿਖਾਓ ਲਾਡਲਾ ਨਾਂ ਜੀ ਲਓ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜਾ ਜੇ ਲਾਡਲਾ ਅਤੇ ਹਾਈਟ ਵਗੈਰਾ ਵੀ ਮਾਸ਼ਾਅੱਲਾ ਬਹੁਤ ਆਲਾ ਹਾਈਟ ਹੈਗੀ ਜੇ ਬਹੁਤ ਘੱਟ ਇਸ 7 ਗਿੱਠਾਂ ਦਾ ਘੋੜਾ ਜਿਹਾ ਜੀ